चलो एक ही डब्बा फाड़ लिया तुसी डब्बे च गर्मा पाया भूख बड़ी लगी सी मैं क्या अगर डाइट ते नहीं है तो थोड़े फ्रूट श्रूट खाने हैं तन्नू अन्ना फ्री किने कीता हाथ पछेगा अंदर बस तू करके बुलाया ना कुछ सुन खाएगा थैंक यू नु पंजाबी च की कहिदा वेलकम अस्सलाम वालेकुम एवरीबॉडी क्या हाल चाल है जी थोड़ा तबीयत से ठीक ठाक है ना क्या हाल चाल पंजाबी बोलो या उर्दू बोलो उर्दू वाली पंजाबी हां जी उर्दू वाली पंजाबी की हाल चाल है थोड़ा ठीक ठाक हो ना तबीयत से सेट है ना आप लोगों की मैंने तो यार कल दांत निकलवाए यार अभी ये बोलते बोलते मेरे माइंड में आइडिया आया कि आज का सारा व्लॉग हम लोग पंजाबी में ना करें हम कर लेंगे आप तो आजकल मम्मी भी कर रहे हैं मम्मी डैडी वाली क्या बात है यार मेरी मादरी जुबान है पंजाबी यार जाट और जाट मतलब बचपन से लेकर घर में फिर उसके बाद स्कूल में भी फिर ओदे बाद स्कूल च भी असी पंजाबी बोलते आए हैं तो आज व्लॉग अगर पंजाबी च बना लांगे तो कोई टेंशन या मसले वाली गल कोई नहीं है ठीक है तो फिर आज दा व्लॉग असी सारा पंजाबी दी बनावांगे चलो चलिए चलो एक ही डब्बा फाड़ लिया तुसी डब्बे च गर्मा पाया भूख बड़ी लगी सी मैं क्या अगर डाइट ते नहीं है तो थोड़े फ्रूट श्रूट खाने हैं तुहाडे पिछे भूंड पीड़े है जेड़ा मैनूं अगे बड़ी जोर दी लड़िया थे भूंड ओ भूंड ओ भूंड ओ भूंड ओ भूंड भूंड आपां लड़ जाणा तू ओ भज गया भूंड हेलो जी कमल मैडम पार्सल जी अंदर रख दो क्योंकि कमल मैडम नु मैं पार्सल खोलन नहीं देना ਐ ਰੱਖਦਾ ਮੈਂ ਪਾਰਸਲ ਤੇ ਚਲੋ ਗੱਡੀ ਚ ਬਵੋ ਕਿਉਂਕਿ ਅਗਰ ਇਹਨੇ ਪਾਰਸਲ ਖੋਲ ਲਿਆ ਨਾ ਤੇ ਫਿਰ ਬਹੁਤ ਜ਼ਿਆਦਾ ਟਾਈਮ ਇੱਥੇ ਐ ਲਾ ਦੇਗੀ ਮਜ਼ੀ ਹਮਜ਼ਾ ਓਏ ਮੇਰਾ ਭਰਾ ਸੀਟ ਅੱਗੇ ਕਰ ਸੀਟ ਅੱਗੇ ਕਰ ਥੋੜੀ ਹਾਂ ਇਹ ਕੰਮ ਸੈੱਟ ਹੋਇਆ ਹੈ ਕੀ ਉਸਤਾਦ ਜੀ ਭਾਈ ਮੇਰੀਆਂ ਕਲਾਸਿਸ ਨੇ ਹਾਂ ਮੇਰੀਆਂ ਨੇ ਇਹਦੇ ਅੰਦਰ ਦੇਖੋ ਇਹਦੇ ਅੰਦਰ ਹੈ ਇਹਦੇ ਅੰਦਰ ਵੀ ਨਹੀਂ ਹੋਣੀਆਂ ਅੱਛਾ ਅੱਜ ਸਾਡਾ ਪਲਾਨ ਹੈ ਜੀ ਇੱਕ ਤੇ ਆਪਣਾ ਹਸਪਤਾਲ ਦਾ ਲਾਇਸੈਂਸ ਬਣਾਉਣ ਵਾਸਤੇ ਜਾਣਾ ਹੈ ਔਰ ਦੂਸਰਾ ਡੈਂਟਿਸਟ ਕੋ ਵੀ ਅੱਜ ਅਪਾਇੰਟਮੈਂਟ ਹੈ ਆਪਣੀ ਕਿਉਂਕਿ ਮੈਂ ਜਿਹੜਾ ਕੱਲ ਦੰਦ ਕਢਵਾਇਆ ਸੀ ਨਾ ਉਸ ਦੰਦ ਦਾ ਜ਼ਖਮ ਸ਼ਖਮ ਚੈੱਕ ਕਰਵਾਉਣਾ ਹੈ ਅੱਜ ਤੁਹਾਡੇ ਭਾਈ ਨੇ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਜ਼ਖਮ ਸ਼ਖਮ ਦੀ ਇਸ ਵਾਸਤੇ ਡੈਂਟਿਸਟ ਕੋ ਜਾਣਾ ਬੜਾ ਜ਼ਰੂਰੀ ਹੈ ਔਰ ਨਾਲ ਨਾਲ ਇਹ ਗਰਮਾ ਖਾਣਾ ਵੀ ਬੜਾ ਜ਼ਰੂਰੀ ਹੈ ਹਾਂ ਯਾਰ ਸਾਡੇ ਭਾਈ ਦਾ ਕੀ ਕਰਨਾ ਹੈ ਇੰਨੀਆਂ ਕੇਬਲਾਂ ਇੰਨੀਆਂ ਕੇਬਲਾਂ ਉਸਤਾਦ ਜੀ ਇੰਨੀਆਂ ਕੇਬਲਾਂ ਤੁਸੀਂ ਕੇਬਲ ਦਾ ਕੰਮ ਤੇ ਨਹੀਂ ਕਰਦੇ ਚਲੋ ਠੀਕ ਹੈ ਆਫ ਸਾਹਿਬ ਤੁਹਾਡਾ ਅੱਜ ਵੀ ਕੰਮ ਰਹਿ ਗਿਆ ਤੁਹਾਨੂੰ ਜ਼ਰੀਲ ਕਰਾਪ ਮੇਰਾ ਨਹੀਂ ਹੈ ਕੋਈ ਕਸੂਰ ਤੁਹਾਡਾ ਕਸੂਰ ਹੈ ਕਸੂਰ ਤੁਹਾਡਾ ਨਹੀਂ ਹੈ ਨੂਰ ਜਹਾਨ ਦਾ ਓਏ ਤੂੰ ਉਰਦੂ ਬੋਲ ਰਹੀ ਹੈ ਤੂੰ ਉਰਦੂ ਬੋਲ ਰਿਹਾ ਹੈ ਮੈਂ ਨਹੀਂ ਉਰਦੂ ਬੋਲ ਰਿਹਾ ਤੇਰਾ ਚੈਲੰਜ ਮੇਰਾ ਚੈਲੰਜ ਨਹੀਂ ਹੈਗਾ ਤੂੰ ਬੋਲ ਰਿਹਾ ਨਹੀਂ ਸਾਰਿਆਂ ਨੇ ਪੰਜਾਬੀ ਤੂੰ ਨਹੀਂ ਕਰਕੇ ਬੁਲਾਣਾ ਅੰਦਰ ਬਸ ਤੂੰ ਕਰਕੇ ਬੁਲਾਇਆ ਨਾ ਤੂੰ ਸੁਣ ਖਾਏਗਾ ਤੁਸੀਂ ਉਰਦੂ ਬੋਲ ਰਹੇ ਹੋ ਯਾਰ ਮਨੋਂ ਤੂੰ ਜ਼ਲੀਲ ਕਿਉਂ ਕਰਾ ਰਹੇ ਤੁਸੀਂ ਸਾਰੇ ਜ਼ਲੀਲ ਹੋਣ ਵਾਲੇ ਹੋ ਤੁਹਾਡੀ ਕਿਸਮਤ 'ਚ ਜ਼ਲੀਲ ਹੋਣਾ ਲਿਖਿਆ ਹੈ ਆਈਸਕ੍ਰੀਮ ਖਾ ਲਓ ਤੁਹਾਡੇ ਦੰਦ ਕੇ ਲਈ ਬਿਹਤਰ ਹੈ ਫੇਰ ਉਰਦੂ ਆਈਸਕ੍ਰੀਮ ਖਾ ਲੈ ਤੇਰੇ ਦੰਦ ਵਾਸਤੇ ਖਾ ਲੈ ਨਹੀਂ ਖਾ ਲੋ ਖਾ ਲੈ ਮੈਂ ਖਾ ਲਈ ਜਾਏ ਨਹੀਂ ਪੰਜਾਬੀ ਬੋਲਣੀ ਹੈ ਲੇਕਿਨ ਰਿਸਪੈਕਟ ਵਾਲੀ ਅ ਫਿਊ ਮਿੰਟਸ ਲੇਟਰ ਹਮਜ਼ਾ ਦਾ ਲਾਇਸੈਂਸ ਵਾਲਾ ਕੰਮ ਤੇ ਅੱਜ ਵੀ ਨਹੀਂ ਹੋ ਪਾਇਆ ਜੀ ਤੇ ਫੇਰ ਹੁਣ ਅਸੀਂ ਆਪਣੀ ਦੂਸਰੀ ਜਗ੍ਹਾ ਤੇ ਆ ਚੁੱਕੇ ਹਾਂ ਮਤਲਬ ਕਿ ਦੰਦਾਂ ਵਾਲੇ ਡਾਕਟਰ ਕੋਲ ਡਾਕਟਰ ਸਾਹਿਬ ਕਿੱਥੇ ਨੇ ਅੰਦਰ ਨੇ ਵੇਟ ਤੇ ਨਹੀਂ ਕਰਨਾ ਪਏਗਾ ਨਹੀਂ ਕੋਈ ਵੇਟ ਨਹੀਂ ਕਰਨਾ ਪਏਗਾ ਉਹ ਕਹਿ ਰਹੇ ਆ ਆਜੋ ਆਜੋ ਉਹ ਆ ਕੇ ਇੱਥੇ ਬਹਿ ਗਈਆਂ ਯਾਰ ਆਜੋ ਅੱਜ ਡਾਕਟਰ ਸਾਹਿਬ ਨਾਲ ਵੀ ਪੰਜਾਬੀ ਬੋਲਾਂਗੇ ਅਸਲਾਮ ਅਲੈਕੁਮ ਵਾਲੇਕੁਮ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਹੋ ਬਿਲਕੁਲ ਠੀਕ ਤੁਸੀਂ ਸੁਣਾਓ ਕੀ ਹਾਲ ਹੈ ਠੀਕ ਠਾਕ ਤੁਸੀਂ ਵੀ ਪੰਜਾਬੀ ਮੈਂ ਤੇ ਅੱਜ ਪੰਜਾਬੀ ਚ ਹੀ ਸਾਰਾ ਵਲੌਗ ਬਣਾ ਪੰਜਾਬੀ ਤੇ ਸਾਡਾ ਫੇਵਰਿਟ ਹੈ ਹਾਂ ਨਾ ਯਾਰ ਅੱਛਾ ਮੈਂ ਸਮਝ ਰਿਹਾ ਸੀ ਸ਼ਾਇਦ ਡਾਕਟਰ ਸਾਹਿਬ ਹੈਰਾਨ ਹੋਣਗੇ ਇਹ ਕਿ ਪੰਜਾਬੀ ਬੋਲਣ ਲੱਗ ਗਿਆ ਡਾਕਟਰ ਸਾਹਿਬ ਨੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਅਪਰੀਸ਼ੀਏਟ ਹਾਂ ਬਹੁਤ ਖੁਸ਼ੀ ਹੋਈ ਡਾਕਟਰ ਸਾਹਿਬ ਕਿਹਾ ਮੇਰਾ ਦਾਂਤ ਅੰਦਰ ਚੈੱਕ ਕਰੇ ਬਿਲਕੁਲ ਅੰਦਰ ਚੈੱਕ ਕਰ ਆ ਜਾ ਡਾਕਟਰ ਸਾਹਿਬ ਇਹ ਕਬ ਤੱਕ ਠੀਕ ਹੋ ਜਾਏਗਾ ਉਹ ਕੀ ਬਣਾਇਆ ਡਾਕਟਰ ਸਾਹਿਬ ਕਦੋਂ ਤੱਕ ਠੀਕ ਹੋ ਜਾਏਗਾ ਇਹ ਠੀਕ ਠੂਕ ਕੋਈ ਨਹੀਂ ਹੋਣਾ ਅੱਛਾ ਇਹ ਨਹੀਂ ਰੱਖਣਾ ਅਸੀਂ ਅੱਛਾ ਤੁਸੀਂ ਸਾਰੀ ਜ਼ਿੰਦਗੀ ਉਹਨੂੰ ਕਲੀਨਿਕ ਦੇ ਚੱਕਰ ਲਵਾਉਂਦੇ ਰਹੇ ਕਾਬੂ ਰੱਖਣਾ ਤੂੰ ਤੇ ਨਹੀਂ ਉਹਨਾਂ ਨੂੰ ਕੁਛ ਦੇ ਦੋ ਆ ਕੇ ਕੰਮ ਕਰਾ ਲਈ ਇਹਨਾਂ ਨੂੰ ਜ਼ਰਾ ਕਲੀਨਿਕ ਤੇ ਹੀ ਮਸਰੂਫ ਰੱਖੋ ਇਹਨਾਂ ਨੂੰ ਤੇ ਜ਼ਰਾ ਤੇ ਦੰਦ ਭੰਨੋ ਨਾ ਕੱਲ ਡਾਕਟਰ ਸਾਹਿਬ ਨੇ ਮੇਰਾ ਦੰਦ ਭੰਨ ਨਹੀਂ ਦਿੱਤਾ ਇੱਕ ਅੱਜ ਦੂਸਰਾ ਭੰਨਣਾ ਤੁਹਾਨੂੰ ਨਹੀਂ 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 ਮੈਨੂੰ ਤਾਂ ਫੈਲੀ ਦਰਦ ਨਹੀਂ ਜਾ ਰਹੀ ਯਾਰ 1 hour later ਹਮ ਲੋਗ ਫ੍ਰੀ ਹੋ ਗਏ ਫਿਰ ਯਾਰ ਉਹ ਬੋਲਣ ਲੱਗੇ ਸੀ
ਅਸੀਂ ਫ੍ਰੀ ਹੋ ਗਏ ਆ ਜੀ ਡੈਂਟਿਸਟ ਤੋਂ ਔਰ ਐ ਮੁੰਡੇ ਨੂੰ ਛੱਲੀਆਂ ਦੀ ਪਈ ਓਏ ਨੂੰ ਛੱਲੀਆਂ ਦੀ ਪਈ ਅਭੀ ਥੋੜਾ ਥੋੜਾ ਓਹੋ ਹੁਣ ਥੋੜਾ ਥੋੜਾ ਮੇਰੇ ਦੰਦ ਚ ਦਰਦ ਸ਼ਰਦ ਵੀ ਹੋ ਰਿਹਾ ਵੇ ਥੋੜਾ ਥੋੜਾ ਉਰਦੂ ਵਾਲਾ ਲਫ਼ਜ਼ ਹੈ ਥੋੜਾ 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 ਪੰਜਾਬੀ ਵਾਲਾ ਲਫ਼ਜ਼ ਹੈ ਨਹੀਂ ਨਹੀਂ ਤੂੰ ਪੰਜਾਬੀ ਦੇ ਵਿੱਚ ਬੋਲ ਪੰਜਾਬੀ ਚ ਹੁਣ ਹਲਕਾ ਹਲਕਾ ਜਿਹਾ ਮੇਰੇ ਦੰਦਾਂ ਚ ਦਰਦ ਹੋ ਰਿਹਾ ਪੈਰ ਉਹਨਾਂ ਨੇ ਲਿਖਿਆ ਵੀ ਡੂ ਨਾਟ ਸਟੈਪ ਹੇਅਰ ਤੂੰ ਫੇਰ ਉੱਥੇ ਪੰਜਾਬੀ ਚ ਕੀ ਇੱਥੇ ਪੈਰ ਨਹੀਂ ਰੱਖਣੇ ਅਨੰਦ ਸਾਹਿਬ ਨੂੰ ਮਾਰੀਓ ਨਾ ਮੇਰੇ ਨਾਲ ਹੀ ਭਰਾ ਆ ਮਿਹਰਬਾਨੀ ਮਾਰੀਓ ਨਾ ਯਾਰ ਅਨੰਦ ਸਾਹਿਬ ਕਹਿ ਰਹੇ ਮੈਨੂੰ ਤਿਆਰ ਤੇ ਹੋਣ ਦਿਓ ਅਸਲਾਮ ਅਲੈਕੁਮ ਸਰ ਕੀ ਹਾਲ ਹੈ ਠੀਕ ਠਾਕ ਸਰ ਇਸ ਬੰਦੇ ਨੇ ਆਪਣੇ ਰੂਮ ਸ਼ੂਮ ਵਾਸਤੇ ਕੋਈ ਟੇਬਲ ਸ਼ੇਬਲ ਲੈਣਾ ਸੀ ਇਸ ਵਾਸਤੇ ਅਸੀਂ ਇਹਨੂੰ ਲੈ ਕੇ ਆਏ ਹਾਂ ਹੁਣ ਅਨੰਦ ਭਾਈ ਦੇ ਕੋਲ ਤੇ ਅਨੰਦ ਭਾਈ ਸਾਨੂੰ ਟਾਈਮ ਦੇਣ ਦੀ ਬਜਾਏ ਚਲੇ ਗਏ ਨੇ ਕਿਚਨ ਚ ਤਾਂ ਕਿ ਸਾਡੇ ਵਾਸਤੇ ਆਪਣੇ ਹੱਥਾਂ ਨਾਲ ਮਿੰਟ ਮਾਰਗਰੀਟਾ ਬਣਾ ਕੇ ਲਿਆ ਮਿੰਟ ਮਾਰਗਰੀਟਾ ਨੂੰ ਪੰਜਾਬੀ ਉਰਦੂ ਸਾਰਿਆਂ ਚ ਮਿੰਟ ਮਾਰਗਰੀਟਾ ਹੀ ਕਹਿੰਦੇ ਨੇ ਉਹ ਬਣਾ ਰਹੇ ਲੱਗਦਾ ਕੋਈ ਕਮੀ ਰਹਿ ਗਈ ਇਸ ਵਾਸਤੇ ਚੈੱਕ ਕਰ ਰਹੇ ਨੇ ਨਮਕ ਕਮ ਹੀ ਲੱਗਦਾ ਨਮਕ ਕਮ ਹੈ ਨੀ ਨਮਕ ਘੱਟ ਹੈ ਪੁਦੀਨੇ ਦਾ ਪਾਣੀ ਮਿੰਟ ਮਾਰਗਰੀਟਾ ਪੁਦੀਨੇ ਦਾ ਪਾਣੀ ਕਹਿੰਦੇ ਕਿਹਨੂੰ ਕਹਿੰਦੇ ਨੇ ਪੁਦੀਨੇ ਨੂੰ ਕਹਿੰਦੇ ਨੇ ਤੇ ਗਰੀਟਾ ਮੈਨੂੰ ਨਹੀਂ ਪਤਾ ਕਿਹਨੂੰ ਕਹਿੰਦੇ ਪੁਦੀਨੇ ਦਾ ਸ਼ਰਬਤ ਪੁਦੀਨੇ ਦਾ ਸ਼ਰਬਤ ਪੁਦੀਨੇ ਦਾ ਸ਼ਰਬਤ ਪੁਦੀਨੇ ਦਾ ਸ਼ਰਬਤ ਐ ਇਹ 1000 ਕਮੀਨੇ ਦਾ ਸ਼ਰਬਤ ਐ ਜੀ ਹਨਾਨ ਭਾਈ ਬਣਾ ਕੇ ਲਿਆਏ ਨੇ ਮੇਰੇ ਵਾਸਤੇ ਕੀ ਨਾਂ ਰੱਖਿਆ ਸੀ ਪੁਦੀਨੇ ਵਾਲਾ ਸ਼ਰਬਤ ਪੁਦੀਨੇ ਵਾਲਾ ਸ਼ਰਬਤ ਬਹਿਣ ਦਾ ਸਟਾਈਲ ਚੈੱਕ ਅੱਲਾ ਮਾਫ ਕਰੇ ਚੈੱਕ ਕਰੋ ਸਿੱਧਾ ਹੋਵੇ ਮੈਂ ਯਾਰ ਮੈਂ ਸਹੀ ਹਾਂ ਰਿਚ ਕਿਹਦਾ ਲੱਗਿਆ ਜੀ ਪੁਦੀਨੇ ਦਾ ਸ਼ਰਬਤ ਤੁਹਾਨੂੰ ਕਿਹਦਾ ਲੱਗਿਆ ਮੈਨੂੰ ਵੀ ਬਹੁਤ ਜ਼ਿਆਦਾ ਜ਼ਬਰਦਸਤ ਲੱਗਿਆ ਅਨੰਦ ਭਾਈ ਪੀਣ ਤੋਂ ਪਹਿਲੀ ਤਾਰੀਫ ਕਰਤੀ ਚੈੱਕ ਕਰੋ 2 hours later ਹੁਣ ਜੀ ਅਸੀਂ ਆ ਚੁੱਕੇ ਹਾਂ ਘਰ ਹਮਦਾ ਨੇ ਜਿਹੜਾ ਟੇਬਲ ਸ਼ੇਬਲ ਵੇਖਣਾ ਸੀ ਉਹ ਵੇਖ ਲਿਆ ਆਂਦੇ ਹੀ ਉਹਨੂੰ ਕਵਲ ਮੈਡਮ ਪਰਦੇ ਦੇ ਨਾਲ ਕੀ ਕਰਨ ਚ ਮਸਰੂਫ ਹੋ ਗਈ ਹੈ ਮੈਂ ਤੇ ਆਪਣੀ ਕੁੜੀ ਨੂੰ ਮੋਢਿਆਂ ਤੇ ਚੁੱਕ ਕੇ ਘੁਮਾਉਂਦਾ ਫਰਾਂਦਾ ਪਿਆ ਮੇਰੇ ਨੱਕ ਨੂੰ ਕੁਛ ਨਹੀਂ ਕਰਨਾ ਠੀਕ ਹੈ ਇਹ ਕੀ ਕੀਤਾ ਇਹ ਕਲਿੱਪ ਮੰਗਵਾਇਆ ਹੈ ਕਲਿੱਪ ਮੰਗਵਾਇਆ ਹਾਂ ਆਨਲਾਈਨ ਵਾਹ ਬਹੁਤ ਪਿਆਰਾ ਹੈ ਅੱਛਾ ਯਹਾਂ ਪਤਾ ਕਿਆ ਯਹਾਂ ਪਤਾ ਗਿਆ ਨਹੀਂ ਇੱਥੇ ਪਤਾ ਕਿ ਪਹਿਲੇ ਇੱਜ਼ਤ ਨਾ ਕਰੋ ਨਾ ਬਾਬਾ ਕੋ ਐਸੇ ਬੁਰੀ ਬਾਤ ਹੈ ਬੁਰੀ ਬਾਤ ਹੈ ਨੱਕ ਨੂੰ ਨਾ ਖਾ ਰਹੀ ਹੈ ਇੱਥੇ ਪਹਿਲੇ ਮੈਂ ਮਿੱਟੀ ਦਾ ਜਾਂ ਕੋਈ ਸ਼ੀਸ਼ੇ ਦਾ ਰੱਖਿਆ ਹੋਇਆ ਸੀ ਅੱਛਾ ਉਹ 4 ਵਾਰੀ ਟੁੱਟ ਚੁੱਕਿਆ ਹੈ ਅੱਛਾ ਇਸ ਵਜ੍ਹਾ ਤੋਂ ਮੈਂ ਪਲਾਸਟਿਕ ਦਾ ਮੰਗਵਾਇਆ ਅੱਛਾ ਨਾ ਟੁੱਟੇਗ੾ੀ ਨਾ ਜਾਨ ਛੁੱਟੇਗੀ ਇਹ ਵੀ ਆਨਲਾਈਨ ਮੰਗਵਾਇਆ ਇਹ ਵੀ ਆਨਲਾਈਨ ਮੰਗਵਾਇਆ ਬਾਕੀ ਚੀਜ਼ਾਂ ਮੰਗਵਾਈਆਂ ਪਿਆਰੀਆਂ ਨੇ ਵੀ ਇਸ ਤਰ੍ਹਾਂ ਦੀ ਮੈਨੂੰ ਆਦਤ ਪੈ ਗਈ ਹੈ ਕਿ ਬਿਲਾ ਵਜ੍ਹਾ ਜਦੋਂ ਵੀ ਕੁਝ ਬੋਲਣ ਜਾ ਰਹੇ ਮੂੰਹ ਚ ਉਰਦੂ ਹੀ ਨਿਕਲ ਰਹੀ ਹੈ ਯਾਰ ਚੀਜ਼ਾਂ ਮੰਗਵਾ ਤੇ ਲਿੱਤੀਆਂ ਹੁਣ ਲਾਣੀਆਂ ਕਿੱਥੇ ਕਿੱਥੇ ਨੇ ਪਤਾ ਪੈਸੇ ਜ਼ਾਇਆ ਨਾ ਹੋਣ ਚੀਜ਼ਾਂ ਦਾ ਫਾਇਦਾ ਉਦੋਂ ਹੀ ਹੁੰਦਾ ਜਦੋਂ ਉਹ ਚੀਜ਼ਾਂ ਇਸਤੇਮਾਲ ਕੀਤੀਆਂ ਜਾਣ ਨਾ ਕਿ ਤੁਸੀਂ ਪੈਸੇ ਲਾ ਦੋ ਬਾਅਦ ਚੋਂ ਚੀਜ਼ਾਂ ਪਈਆਂ ਰਹਿਣ ਇਹ ਕੰਮ ਅੱਛਾ ਨਹੀਂ ਹੁਣ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਵਾਲੀ ਪੰਜਾਬੀ ਚ ਸਾਰਾ ਦਿਨ ਵਲੌਗ ਕਰਨ ਵਾਲੀ ਕੋਸ਼ਿਸ਼ ਤੁਹਾਡੇ ਭਾਈ ਦੀ ਪਸੰਦ ਆਈ ਤੇ ਅਗਰ ਤੁਹਾਨੂੰ ਪਸੰਦ ਆਈ ਹੈ ਮੇਰੀ ਕੋਸ਼ਿਸ਼ ਤਾਂ ਫਿਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਔਰ ਨਾਲ ਹੀ ਨਾਲ ਚਲੋ ਠੀਕ ਹੈ ਮੇਰਾ ਖਿਆਲ ਹੈ ਆਜ ਕੇ ਲਈ ਪੰਜਾਬੀ ਇਤਨੀ ਕਾਫੀ ਹੈ ਆਈ ਹੋਪ ਕਿ ਆਪਕੋ ਵਲੌਗ ਪਸੰਦ ਆਇਆ ਹੋਗਾ ਅਗਰ ਪਸੰਦ ਆਇਆ ਤੋ ਚੈਨਲ ਕੋ ਕਰ ਲੈ ਸਬਸਕ੍ਰਾਈਬ ਔਰ ਸਾਥ ਸਾਥ ਘੰਟੀ ਵਜਾ ਕੇ ਨੋਟੀਫਿਕੇਸ਼ਨ ਦੇਤਾ ਰਹੇ ਅਬ ਆਪਣੇ ਭਾਈ ਕੋ ਦੇ ਆਜ ਕੇ ਵਲੌਗ ਸੇ ਇਜਾਜ਼ਤ ਕੱਲ ਮਿਲੇਂਗੇ ਇੱਕ ਨਿਊ ਵਲੌਗ ਕੇ ਸਾਥ ਬਾਏ ਬਾਏ ਟੇਕ ਕੇਅਰ ਅੱਲਾ ਹਾਫਿਜ਼